ਤੁਸੀਂ ਦੇਖ ਰਹੇ ਹੋ ਸਾਡੀ ਵਿਸ਼ੇਸ਼ ਪੇਸ਼ਕਸ਼ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕੁਝ ਅਹਿਮ ਸਵਾਲ ਨੇ ਉਸ ਚਿੱਠੀ ਨੂੰ ਲੈ ਕੇ ਜੋ ਸੱਤ ਸਮੁੰਦਰੋਂ ਪਾਰੋਂ ਆਈ ਆ। ਇਹ ਚਿੱਠੀ ਅਹਿਮ ਚਰਚਾ ਦਾ ਵਿਸ਼ੇ ਬਣ ਚੁੱਕੀ ਹੈ ਰਾਜਨੀਤੀ ਦੇ ਵਿੱਚ, ਤੇ ਇਸ ਬਾਰੇ ਮੈਂ ਗੱਲ ਕਰੂੰਗਾ, ਮੈਂ ਪੁੱਛੂੰਗਾ ਕੁਝ ਅਹਿਮ ਸਵਾਲ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਤੋਂ। ਡੱਲਾ ਜੀ, ਬਹੁਤ ਬਹੁਤ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਸਭ ਤੋਂ ਪਹਿਲਾਂ ਸੁਨੀਲ ਜੀ, ਬਹੁਤ ਧੰਨਵਾਦ। ਤੇ ਸਭ ਤੋਂ ਪਹਿਲਾਂ ਇਹ ਜਿਹੜੀ ਚਿੱਠੀ ਜੋ ਅੱਜ ਰਾਜਨੀਤੀ ਦੇ ਵਿੱਚ ਖੂਬ ਚਰਚਾ ਬਣੀ ਹੋਈ ਹੈ, ਇਸ ਚਿੱਠੀ ਦੇ ਵਿੱਚ ਹੈ ਕੀ? ਮੈਂ ਇਹਦਾ ਪੂਰਾ ਮੂਲ ਤੁਹਾਤੋਂ ਜਾਣਨਾ ਚਾਹੂੰਗਾ। ਦੇਖੋ, ਇਹ ਚਿੱਠੀ ਇਸ ਵਕਤ ਮੇਰੇ ਹੱਥ 'ਚ ਹੀ ਮੌਜੂਦ ਹੈ। ਦੋ ਵਰਕੇ ਨੇ ਜੀ ਜੀ, ਪੰਜਾਬੀ 'ਚ ਲਿਖੇ ਹੋਏ ਨੇ, ਨਿਸ਼ਚਿਤ ਤੌਰ ਦੇ ਉੱਤੇ ਅੰਗਰੇਜ਼ੀ 'ਚ ਵੀ ਭੇਜੀ ਹੋਣੀ ਹੈ। ਇਹ ਸਾਡੇ NRIs ਭਰਾਵਾਂ ਨੇ ਲਿਖੀ ਹੈ ਚਿੱਠੀ, ਠੀਕ ਹੈ ਜੀ। ਔਰ ਦੁਨੀਆ ਭਰ 'ਚ ਜਿਹੜੇ ਪੰਜਾਬੀ ਬੈਠੇ ਨੇ ਉਹਨਾਂ ਨੇ ਮਿਹਨਤ ਮੁਸ਼ਕਤ ਨਾਲ ਕਮਾਇਆ ਜੀ ਜੀ, ਇੱਕ ਇੱਕ ਡਾਲਰ ਅਰਵਿੰਦ ਕੇਜਰੀਵਾਲ ਦੀ ਝੋਲੀ 'ਚ ਪਾ ਦਿੱਤਾ, ਸਿਰਫ ਇਸ ਕਰਕੇ ਕਿ ਅਰਵਿੰਦ ਕੇਜਰੀਵਾਲ ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਲੜ ਰਹੇ ਨੇ, ਉਹ ਪੰਜਾਬ ਨੂੰ ਨਵੀਂ ਸੇਧ ਦੇਣਗੇ ਜੀ, ਸਾਡੇ ਬੇਰੁਜ਼ਗਾਰੀ ਖਤਮ ਕਰਨਗੇ, ਸਾਡੇ ਨਸ਼ੇ ਖਤਮ ਕਰਨਗੇ, ਸਿਹਤਮੰਦ ਪ੍ਰਸ਼ਾਸਨ ਦੇਣਗੇ। ਔਰ ਆਸਾਂ ਬੜੀਆਂ ਸੀ ਅਰਵਿੰਦ ਕੇਜਰੀਵਾਲ ਤੋਂ ਸਾਡੇ NRIs ਨੂੰ, ਔਰ ਹੁਣ ਵੱਡੀ ਗਿਣਤੀ ਦੇ ਵਿੱਚ ਜਿਹੜੇ NRIs ਨੇ ਉਹ ਚਿੱਠੀ ਲਿਖ ਰਹੇ ਨੇ ਅਰਵਿੰਦ ਕੇਜਰੀਵਾਲ ਨੂੰ ਜੀ, ਔਰ ਉਹਨਾਂ ਨੇ ਚਿੱਠੀ ਲਿਖ ਲਿਖ ਕੇ ਇੱਕ ਇੱਕ ਗੱਲ ਦਾ ਗਿਲਾ ਅਰਵਿੰਦ ਕੇਜਰੀਵਾਲ ਨਾਲ ਕਰ ਦਿੱਤਾ ਹੈ। ਲਗਭਗ 7 ਪਹਿਰੇ ਮੂਲ ਨੇ ਇਸ ਚਿੱਠੀ ਦੇ, ਜਿਹੜੇ ਨਾਰਾਜ਼ਗੀ ਵਾਲੇ ਪਹਿਰੇ ਨੇ ਅਰਵਿੰਦ ਕੇਜਰੀਵਾਲ ਦੇ ਨਾਲ। ਔਰ NRIs ਦੀ ਚਿੱਠੀ ਤੋਂ ਬਾਅਦ ਸੁਖਪਾਲ ਖਹਿਰਾ ਨੇ ਵੀ ਅਰਵਿੰਦ ਕੇਜਰੀਵਾਲ 'ਤੇ ਸਵਾਲ ਖੜਾ ਕੀਤਾ, ਚਿੱਠੀ 'ਚ ਕਿਹੋ ਜਿਹੇ ਗੁੱਸੇ ਨੇ, ਕੀ ਪੁੱਛਿਆ ਗਿਆ ਅਰਵਿੰਦ ਕੇਜਰੀਵਾਲ ਜੀ, ਕਿਸ ਗੱਲ ਦਾ ਗਿਲਾ ਕੀਤਾ ਗਿਆ NRIs ਵੱਲੋਂ ਕੇਜਰੀਵਾਲ ਦੇ ਨਾਲ, ਉਹ ਮੈਂ ਸਾਰਾ ਅੱਜ ਬਿਊਰਾ ਪੇਸ਼ ਕਰਨਾ। ਖਾਸ ਤੌਰ 'ਤੇ ਚਿੱਠੀ ਮੇਰੇ ਕੋਲ ਹੈ, ਸਭ ਤੋਂ ਪਹਿਲਾਂ ਸੁਖਪਾਲ ਖਹਿਰਾ ਦੀ ਗੱਲ ਸੁਣ ਲਈਏ, ਉਸ ਤੋਂ ਬਾਅਦ ਪੂਰੀ ਚਿੱਠੀ ਦਿਖਾਉਂਦੇ ਹਾਂ। ਐਡੇ ਵੱਡੇ ਪੱਧਰ ਦੇ ਉੱਤੇ ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਪੈਸਾ ਦਿੱਤਾ, ਹੁਣ ਉਹ ਵੀਡੀਓਜ਼ ਦੇ ਰਾਹੀਂ ਅਤੇ ਅਪੀਲਾਂ ਕਰਦੇ ਫਿਰਦੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਕਰਨਗੇ, ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਜਿਹੜਾ ਪੈਸਾ ਉਹਨਾਂ ਨੇ ਭੇਜਿਆ ਉਹ ਪੰਜਾਬ ਦੇ ਕਿਸੇ ਅਰਥ ਤਾਂ ਲੱਗਿਆ ਨਹੀਂ ਗਾ, ਉਹਦੇ 'ਤੇ ਅਕਾਊਂਟੇਬਿਲਿਟੀ ਕਿਤੇ ਨਹੀਂ ਗੀ। ਔਰ ਪੰਜਾਬ ਦੇ ਵਿੱਚ ਇਹਨਾਂ ਦੇ ਆਗੂਆਂ ਨੇ ਇੱਥੇ ਬੈਠ ਕੇ ਪੰਜਾਬ 'ਚ ਟਿਕਟਾਂ ਵੇਚੀਆਂ, ਪੈਸੇ ਲਏ, ਸੋ ਵੇਅਰ ਇਜ਼ ਦ ਫੰਡਿੰਗ ਦੈਟ ਦੀ NRIs ਗੇਵ ਟੂ ਦੀ ਆਮ ਆਦਮੀ ਪਾਰਟੀ, ਵੇਅਰ ਇਜ਼ ਦੈਟ ਮਨੀ? ਤਾਂ ਇੱਕ ਝਟਕੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਜਿਹੜੀ NRI ਅਫੇਅਰਸ ਆ ਅਰਵਿੰਦ ਕੇਜਰੀਵਾਲ ਦੇ, ਉਹਨਾਂ ਨੇ 43 ਵਿਦੇਸ਼ੀ ਯੂਨਿਟ ਪੰਜਾਬੀਆਂ ਦੇ ਭੰਗ ਕਰ ਦਿੱਤੇ। ਦੇਖੋ, ਆਰੋਪ ਲਾਉਣੇ ਪ੍ਰਤੀ ਆਰੋਪ ਲਾਉਣੇ ਲਗਾਤਾਰ ਰਾਜਨੀਤੀ ਚੱਲਦਾ ਰਹਿੰਦਾ ਹੈਗਾ। ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕਿ NRI ਭਰਾ ਆਮ ਆਦਮੀ ਪਾਰਟੀ ਟੁੱਟ ਚੁੱਕੇ ਨੇ, NRI ਜਿੰਨੇ ਭਰਾ ਨੇ ਸਾਡੇ ਆਮ ਆਦਮੀ ਪਾਰਟੀ ਦੇ ਅੱਜ ਵੀ ਖੜੇ ਨੇਗੇ, ਸਾਡੀ ਲਗਾਤਾਰ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਹੈਗੀ। ਖਹਿਰਾ ਸਾਹਿਬ ਦੀ ਅਸੀਂ ਗੱਲ ਸੁਣੀ, ਅਤੇ ਹੁਣ ਡੱਲਾ ਸਾਹਿਬ ਇਹ ਚਿੱਠੀ ਦਾ ਜਿਹੜਾ ਇਹ ਵਿਸਤਾਰ ਦੱਸ ਦਿਓ ਸਾਨੂੰ। ਬਿਲਕੁਲ ਬਿਲਕੁਲ, ਮੈਂ ਚਿੱਠੀ ਦਾ ਵਿਸਤਾਰ ਦੱਸਦਾ। ਅਰਵਿੰਦ ਕੇਜਰੀਵਾਲ ਨੂੰ NRI ਪੰਜਾਬੀਆਂ ਦੀ ਜਿਹੜੀ ਚਿੱਠੀ ਆ ਉਹਦੇ 'ਚ ਪਹਿਲਾ ਸ਼ਬਦ ਕੀ ਲਿਖਿਆ ਦੁਨੀਆ ਭਰ ਦੇ ਪੰਜਾਬੀਆਂ ਨੇ, ਮੈਂ ਉਹ ਵੀ ਪੜ੍ਹ ਕੇ ਸੁਣਾਉਣਾ। NRI ਲਿਖਦੇ ਨੇ, ਇਹ ਪੱਤਰ ਆਪ ਨੂੰ ਦੁਨੀਆ ਦੇ ਕੋਨੇ ਕੋਨੇ 'ਚ ਬੈਠੇ ਪੰਜਾਬੀ ਭਾਰਤੀਆਂ ਵੱਲੋਂ ਸਮੁੱਚੇ ਤੌਰ 'ਤੇ ਬੜੇ ਦੁਖੀ ਮਨ ਨਾਲ ਲਿਖਿਆ ਗਿਆ। ਅਸੀਂ ਸਭ ਨੇ ਤੁਹਾਡੇ 'ਤੇ ਸਵਰਾਜ ਦੇ ਸੰਕਲਪ ਅਤੇ ਵਿਚਾਰਧਾਰਾ ਅਨੁਸਾਰ ਵਿਸ਼ਵਾਸ ਕੀਤਾ ਸੀ ਅਤੇ ਸਮਝਿਆ ਸੀ ਕਿ ਦੇਸ਼ ਵਾਸੀਆਂ ਨੂੰ ਅਤੇ ਖਾਸ ਕਰਕੇ ਪੰਜਾਬੀਆਂ ਨੂੰ ਸੁਚੱਜੀ ਅਤੇ ਇਮਾਨਦਾਰਾਨਾ ਰਹਿਨੁਮਾਈ ਦਊਂਗੇ। ਇਹ ਵਿਸ਼ਵਾਸ ਨਾਲ ਅਸੀਂ ਪ੍ਰਵਾਸੀ ਪੰਜਾਬੀਆਂ ਨੇ ਆਪਣੀ ਸਖ਼ਤ ਮਿਹਨਤ ਨਾਲ ਕਮਾਏ ਲੱਖਾਂ ਡਾਲਰਾਂ ਦੇ ਫੰਡ ਅਤੇ ਮਜ਼ਬੂਤ ਸਮਰਥਨ ਦੇ ਕੇ ਤੁਹਾਨੂੰ ਦਿੱਲੀ ਦੇ ਮੁੱਖ ਮੰਤਰੀ ਬਣਨ ਵਿੱਚ ਸਹਿਯੋਗ ਦਿੱਤਾ ਅਤੇ ਆਪ ਦੀ ਸਫਲਤਾ ਦੇ ਵਿੱਚ ਭੂਮਿਕਾ ਨਿਭਾਈ। ਅਗਲਾ ਪੈਰਾ ਕਹਿੰਦੇ, ਪਰ ਸਾਨੂੰ ਅਫਸੋਸ ਇਸ ਗੱਲ ਦਾ ਹੈ ਕਿ ਤੁਹਾਡੀ ਜੁੰਡਲੀ ਨੇ ਜਿਵੇਂ ਪੰਜਾਬੀਆਂ ਨਾਲ ਵਾਰ ਵਾਰ ਧਰੋਹ ਕਮਾਇਆ ਅਤੇ ਵਿਸ਼ਵਾਸਘਾਤ ਕੀਤਾ, ਉਸ ਮਗਰੋਂ ਸਾਡੇ ਮਨਾਂ ਅੰਦਰ ਜੋ ਤਸਵੀਰ ਤੁਹਾਡੇ ਪ੍ਰਤੀ ਉੱਕਰੀ ਗਈ ਹੈ ਉਹਦੇ ਨਾਲ ਅਸੀਂ ਨਾ ਖੁਸ਼ ਹਾਂ। ਔਰ ਅਰਵਿੰਦ ਕੇਜਰੀਵਾਲ ਨੂੰ ਬਹੁਤ ਵੱਡੇ ਸਵਾਲ NRIs ਨੇ ਪਾ ਦਿੱਤੇ ਨੇ, ਔਰ ਇੱਕ ਇੱਕ ਕਰਕੇ ਜੇ ਮੈਂ ਵਿਸਥਾਰ ਦੇ ਵਿੱਚ ਲਵਾਂ
NRI ਕਹਿੰਦੇ ਨੇ ਕਿ ਅਸੀਂ ਪਹਿਲੀ ਵਾਰ ਤੁਹਾਨੂੰ 2014 ਦੇ ਵਿੱਚ ਪੰਜਾਬ 'ਚੋਂ ਹੀ 4 ਸੀਟਾਂ ਦੇ ਦਿੱਤੀਆਂ ਸਨ, ਜਦਕਿ ਤੁਸੀਂ ਪੂਰੇ ਮੁਲਕ ਦੇ ਵਿੱਚ ਪਾਰਲੀਮੈਂਟ ਦੇ ਵਿੱਚ ਖਾਤਾ ਵੀ ਨਹੀਂ ਸੀ ਖੋਲ੍ਹ ਸਕੇ। ਸੋ ਇਹ ਉਸ ਵੇਲੇ ਦੀਆਂ ਗੱਲਾਂ ਨੇ, ਭਾਵੇਂ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਵੀ ਕੇਜਰੀਵਾਲ ਸਾਹਿਬ ਦੀ ਸਰਕਾਰ ਬਣੀ ਔਰ ਪਹਿਲੀ ਵਾਰੀ ਕੇਜਰੀਵਾਲ ਦੀ ਸਰਕਾਰ ਹੈ ਜਿਹੜੀ ਉਹ ਹਟ ਚੁੱਕੀ ਸੀ, ਪਰ NRI ਨੂੰ ਗਿਲਾ ਜੀ ਜੀ ਕਿ ਅਸੀਂ ਤੁਹਾਨੂੰ 4 ਮੈਂਬਰ ਪਾਰਲੀਮੈਂਟ ਦਿੱਤੇ, ਧਰਮਵੀਰ ਗਾਂਧੀ, ਪ੍ਰੋਫੈਸਰ ਸਾਧੂ ਸਿੰਘ, ਹਰਿੰਦਰ ਸਿੰਘ ਖਾਲਸਾ ਅਤੇ ਭਗਵੰਤ ਮਾਨ, ਪਰ ਤੁਸੀਂ ਦੋ ਨਾਲ ਨਾਰਾਜ਼ਗੀ ਪਾਈ, ਡਾਕਟਰ ਧਰਮਵੀਰ ਗਾਂਧੀ ਨਾਲ ਔਰ ਹਰਿੰਦਰ ਖਾਲਸਾ ਦੇ ਨਾਲ, ਔਰ ਇਹਨਾਂ ਦੋਨਾਂ ਨੂੰ ਮੁਅੱਤਲ ਕਰ ਦਿੱਤਾ ਔਰ ਅੱਜ ਤੱਕ ਉਸ ਮੁਅੱਤਲੀ 'ਤੇ ਕੋਈ ਫੈਸਲਾ ਨਹੀਂ ਹੋਇਆ। ਇਹ ਪਹਿਲੀ ਸ਼ਿਕਾਇਤ ਸੀ ਕੇਜਰੀਵਾਲ ਦੇ ਨਾਲ। ਦੂਜੀ ਕਹਿੰਦੇ ਉਸ ਵੇਲੇ ਸਾਨੂੰ ਇੰਝ ਲੱਗਿਆ ਕਿ ਅਰਵਿੰਦ ਕੇਜਰੀਵਾਲ ਨੇ ਪੰਜਾਬੀਆਂ ਨਾਲ ਧੋਖਾ ਕੀਤਾ ਹੈ, ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਕਰਪਸ਼ਨ ਦੇ ਇਲਜ਼ਾਮਾਂ ਦੇ ਨਾਲ ਹਟਾ ਦਿੱਤਾ, ਪਰ ਉਹ ਅੱਜ ਤੱਕ ਕਿਸੇ ਨੇ ਵੀਡੀਓ ਕਲਿੱਪ ਦੇਖਿਆ ਹੀ ਨਹੀਂ ਜਿਹਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਸੁੱਚੇ ਸਿੰਘ ਛੋਟੇਪੁਰ ਨੂੰ ਜਦੋਂ ਪੈਸੇ ਦਿੱਤੇ ਗਏ ਸੀ, ਇਲਜ਼ਾਮ ਲਾਇਆ ਜਿਹੜਾ, ਹਾਲਾਂਕਿ ਇਹ ਲੱਗ ਰਿਹਾ ਕਿ ਝੂਠਾ ਇਲਜ਼ਾਮ ਸੀ, ਅਤੇ ਕਹਿੰਦੇ ਵੀਡੀਓ ਵੀ ਸਾਡੇ ਕੋਲ ਮੌਜੂਦ ਹੈ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਐਡੀ ਮਿਹਨਤ ਕੀਤੀ, ਮੰਜਾ ਅਤੇ ਬਿਸਤਰਾ ਸੁੱਚਾ ਸਿੰਘ ਛੋਟੇਪੁਰ ਦੇ ਫੋਲਡਿੰਗ ਬੈੱਡ ਕਾਰ 'ਚ ਹੁੰਦਾ ਸੀ, ਗੱਡੀ 'ਚ ਹੁੰਦਾ ਸੀ, ਜਿੱਥੇ ਰਾਤ ਹੁੰਦੀ ਸੀ ਆਮ ਆਦਮੀ ਪਾਰਟੀ ਲਈ ਉਹ ਮੰਜਾ ਡਾਹ ਕੇ ਕਿਸੇ ਦੇ ਵੀ ਘਰ ਸੌਂ ਜਾਂਦੇ ਸੀ ਜਾਂ ਕਿਸੇ ਧਰਮਸ਼ਾਲਾ 'ਚ ਵੀ ਸੌਂ ਜਾਂਦੇ ਸੀ, ਕਿਉਂਕਿ ਆਮ ਆਦਮੀ ਪਾਰਟੀ ਅਮੀਰ ਨਹੀਂ ਸੀ ਉਸ ਵੇਲੇ ਵੀ। ਸੁੱਚਾ ਸਿੰਘ ਛੋਟੇਪੁਰ ਵੀ ਹੋਟਲਾਂ 'ਚ ਰਹਿਣ ਵਾਲੇ ਲੀਡਰ ਨਹੀਂ ਜੀ। ਸੋ ਇਸ ਕਰਕੇ ਇਹ ਦੂਸਰਾ ਵੱਡਾ ਗਿਲਾ ਆਮ ਆਦਮੀ ਪਾਰਟੀ ਦੇ ਪ੍ਰਤੀ ਦੁਨੀਆ ਭਰ ਦੇ ਪੰਜਾਬੀਆਂ ਨੇ ਪ੍ਰਗਟ ਕੀਤਾ। ਔਰ ਤੀਜਾ ਕਹਿੰਦੇ ਉਸ ਤੋਂ ਬਾਅਦ ਜਦੋਂ ਤੁਸੀਂ ਗੁਰਪ੍ਰੀਤ ਸਿੰਘ ਘੁੱਗੀ ਨੂੰ ਵੀ ਉਸ ਤਰੀਕੇ ਦਾ ਮਾਣ ਸਤਿਕਾਰ ਨਹੀਂ ਦਿੱਤਾ ਅਤੇ ਗੁਰਪ੍ਰੀਤ ਘੁੱਗੀ ਨੂੰ ਵੀ ਲਾਂਭੇ ਹੋਣਾ ਪਿਆ। ਸੋ ਗੁਰਪ੍ਰੀਤ ਘੁੱਗੀ ਦੇ ਨਾਲ ਵੀ ਜੋ ਕੁਝ ਵਾਪਰਿਆ ਆਮ ਆਦਮੀ ਪਾਰਟੀ ਦੇ ਵਿੱਚ, ਉਸ ਤੋਂ ਵੀ ਪੰਜਾਬੀ NRI ਨਾਰਾਜ਼ ਨੇ। ਔਰ ਜਵਾਬ ਇਕੱਲੇ ਸਵਾਲ ਦਾ ਉਹ ਮੰਗਿਆ ਉਹਨਾਂ ਨੇ ਚਿੱਠੀ ਦੇ ਵਿੱਚ, ਪਰ ਜਵਾਬ ਕਹਿੰਦੇ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਅਸੀਂ ਚਿੱਠੀਆਂ ਲਿਖ ਰਹੇ ਹਾਂ ਅਤੇ ਜਵਾਬ ਸਾਨੂੰ ਮਿਲ ਨਹੀਂ ਰਿਹਾ। ਔਰ ਚੌਥੀ ਘਟਨਾ ਦਾ ਕਹਿੰਦੇ ਨੇ ਕਿ ਜਦੋਂ ਤੁਸੀਂ ਬਿਕਰਮ ਸਿੰਘ ਮਜੀਠੀਏ ਤੋਂ ਮੁਆਫ਼ੀ ਮੰਗ ਲਈ, ਅਗਰ ਤੁਸੀਂ ਬਿਕਰਮ ਮਜੀਠੀਏ ਤੋਂ ਮੁਆਫ਼ੀ ਹੀ ਮੰਗਣੀ ਸੀ ਤਾਂ ਕਿਉਂ ਪੰਜਾਬ ਦੇ ਲੋਕਾਂ ਨੂੰ ਬਿਕਰਮ ਮਜੀਠੀਏ ਦੇ ਬਾਰੇ ਵਿੱਚ ਉਕਸਾਇਆ? ਪੂਰੇ ਪੰਜਾਬ 'ਚ ਵਲੰਟੀਅਰਸ ਤੋਂ ਬਿਕਰਮ ਮਜੀਠੀਏ ਦੇ ਖਿਲਾਫ਼ ਤੁਸੀਂ ਬੋਰਡ ਲਵਾਏ? ਅਗਰ ਜੋ ਤੁਸੀਂ ਕਹਿ ਰਹੇ ਸੀ, ਅਗਰ ਤੁਸੀਂ ਮੁਆਫ਼ੀ ਮੰਗਣੀ ਸੀ, ਇਹਦਾ ਮਤਲਬ ਹੈ ਤੁਸੀਂ ਬਿਕਰਮ ਸਿੰਘ ਮਜੀਠੀਏ 'ਤੇ ਝੂਠੇ ਇਲਜ਼ਾਮ ਲਾ ਰਹੇ ਸੀ। ਔਰ ਇਸ ਕਰਕੇ ਇਹ ਵੀ ਸੁਨੀਲ ਜੀ ਇੱਕ ਨਾਰਾਜ਼ਗੀ ਦਾ ਜਿਹੜਾ ਕਾਰਨ ਹੈ, ਇਹ NRI ਪੰਜਾਬੀਆਂ ਨੇ ਦੱਸਿਆ ਹੈ ਕਿ ਅਸੀਂ ਇਸ ਕਰਕੇ ਵੀ ਤੁਹਾਡੇ ਤੋਂ ਨਾਰਾਜ਼ ਹਾਂ। ਔਰ ਚੌਥਾ ਕਿ ਸੁਖਪਾਲ ਖਹਿਰਾ ਦੇ ਨਾਲ ਵੀ ਤੁਸੀਂ ਧੱਕੇਸ਼ਾਹੀ ਕੀਤੀ, ਵਾਰ ਵਾਰ ਤੁਸੀਂ ਸੁਖਪਾਲ ਖਹਿਰਾ ਦੇ ਨਾਲ ਧੱਕੇਸ਼ਾਹੀ ਕੀਤੀ ਔਰ ਗਿਣੀ ਮੱਥੀ ਸਾਜਿਸ਼ ਦੇ ਅਧੀਨ ਸੁਖਪਾਲ ਖਹਿਰਾ ਦੇ ਉੱਤੇ ਵੀ ਰਾਜਨੀਤੀ ਕਰਕੇ ਉਹਨੂੰ LOP ਦੇ ਅਹੁਦੇ ਤੋਂ ਹਟਾਇਆ। ਇਹ ਵੀ ਵੱਡੇ ਇਲਜ਼ਾਮ ਨੇ ਜਿਹੜੇ ਲੱਗੇ ਨੇ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੱਦ ਉਦੋਂ ਹੋ ਗਈ ਜਦੋਂ ਸੁਖਪਾਲ ਖਹਿਰਾ ਨੂੰ ਮੁਅੱਤਲ ਕਰ ਦਿੱਤਾ ਗਿਆ। ਸੋ ਇਹਦੇ ਨਾਲ ਵੀ ਕਾਫੀ ਜ਼ਿਆਦਾ ਨਾਰਾਜ਼ ਨੇ ਸਾਡੇ ਪੰਜਾਬੀ NRI ਪੰਜਾਬੀ ਵੀ ਕਿ ਤੁਸੀਂ ਸੁਖਪਾਲ ਖਹਿਰਾ ਨੂੰ ਇੱਕ ਪਾਸੜ ਕਾਰਵਾਈ ਕੀਤੀ, ਤੁਸੀਂ ਕਾਰਨ ਦੱਸੋ ਨੋਟਿਸ ਸੁਖਪਾਲ ਖਹਿਰਾ ਔਰ ਕੰਵਰ ਸੰਧੂ ਨੂੰ ਜਾਰੀ ਨਹੀਂ ਕੀਤੇ, ਤੁਸੀਂ ਸਿੱਧਾ ਉਹਨਾਂ ਨੂੰ ਮੁਅੱਤਲ ਕਰ ਦਿੱਤਾ, ਜਦਕਿ ਉਹਨਾਂ ਵੱਲੋਂ ਵਾਰ ਵਾਰ ਸਮਾਂ ਦਿੱਤਾ ਜਾ ਰਿਹਾ ਸੀ ਗੱਲਬਾਤ ਕਰਨ ਦਾ, ਏਕਤਾ ਕਰਨ ਦਾ। ਸੋ ਕਿਤੇ ਨਾ ਕਿਤੇ ਇਹ ਇਲਜ਼ਾਮ ਲੱਗੇ ਨੇ ਕਿ ਤੁਸੀਂ ਅਗਰ ਸੁਖਪਾਲ ਖਹਿਰਾ ਨੂੰ ਹਟਾਉਣਾ ਸੀ ਤਾਂ ਤੁਸੀਂ ਸਾਰੇ ਵਿਧਾਇਕ ਦਲ ਦੀ ਬੈਠਕ ਸੱਦਦੇ, ਬੈਠਕ ਦੇ ਵਿੱਚ ਇਹ ਸਵਾਲ ਖੜਾ ਕਰਦੇ ਕਿ ਅਸੀਂ ਸੁਖਪਾਲ ਖਹਿਰਾ ਨੂੰ ਕਿਉਂ ਹਟਾਉਣਾ ਹੈ। ਸੁਖਪਾਲ ਖਹਿਰਾ ਨੂੰ ਹਟਾਉਣ ਦਾ ਕਾਰਨ ਵੀ ਅੱਜ ਤੱਕ ਸਪਸ਼ਟ ਨਹੀਂ ਹੋ ਸਕਿਆ। ਸੋ ਬਿਨਾਂ ਦੱਸੇ ਸਿਰਫ ਨੋਟੀਫਿਕੇਸ਼ਨ ਦੇ ਜ਼ਰੀਏ ਤੁਸੀਂ ਨਵਾਂ LOP ਲਾਇਆ। NRI ਕਹਿੰਦੇ ਸਾਨੂੰ ਕੋਈ ਇਤਰਾਜ਼ ਨਹੀਂ ਹੋਣਾ
ਹੁੰਦਾ ਜੇ ਤੁਸੀਂ ਮੀਟਿੰਗ ਕਰਕੇ ਲੋਕਤੰਤਰਿਕ ਤਰੀਕੇ ਦੇ ਨਾਲ ਫੈਸਲੇ ਕਰਦੇ। ਸੋ ਤੁਸੀਂ ਇੱਕ ਪਾਸੜ ਫੈਸਲੇ ਕੀਤੇ ਨੇ, ਇਸ ਗੱਲ ਦੀ ਸਾਨੂੰ ਜ਼ਿਆਦਾ ਨਾਰਾਜ਼ਗੀ ਹੈ। ਔਰ ਇਹਦੇ ਨਾਲ ਨਾਲ ਇਹ ਵੀ ਕਹਿੰਦੇ ਨੇ ਕਿ ਤੁਸੀਂ ਗੱਲਬਾਤ ਦੇ ਸਾਰੇ ਰਸਤੇ ਹੀ ਬੰਦ ਕਰ ਦਿੱਤੇ ਕੇਜਰੀਵਾਲ ਸਾਹਿਬ, ਇਸ ਕਰਕੇ ਦੁਨੀਆ ਭਰ ਦੇ ਜਿਹੜੇ NRI ਪੰਜਾਬੀ ਹੈ ਉਹ ਆਮ ਆਦਮੀ ਪਾਰਟੀ ਨੂੰ ਦਿੱਤੇ ਆਪਣੇ ਇੱਕ ਇੱਕ ਡਾਲਰ ਦਾ ਹਿਸਾਬ ਵੀ ਮੰਗ ਰਹੇ ਨੇ ਜੀ। ਉਹ ਜਹਾਜ਼ ਭਰ ਭਰ ਜਿਹੜੇ ਪੰਜਾਬ 'ਚ ਆਏ ਉਹ ਇਸ ਗੱਲ ਦਾ ਹਿਸਾਬ ਮੰਗ ਰਹੇ ਨੇ ਕਿ ਸਾਨੂੰ ਇਹ ਤਾਂ ਦੱਸ ਦਿਓ ਘੱਟੋ ਘੱਟ ਕਿ ਸਾਡਾ ਪੈਸਾ ਕਿਵੇਂ ਕਿਵੇਂ ਵਰਤਿਆ ਗਿਆ, ਕਿਉਂਕਿ ਵੈਬਸਾਈਟਾਂ ਦੇ ਉੱਤੇ ਵੀ ਮੁਕੰਮਲ ਪੈਸੇ ਦੀ ਵਰਤੋਂ ਦੀ ਜਿਹੜੀ ਜਾਣਕਾਰੀ ਹੈ ਉਹ ਉਪਲਬਧ ਨਹੀਂ ਹੈ। ਸੋ ਕੁੱਲ ਮਿਲਾ ਕੇ ਸੁਨੀਲ ਜੀ ਮੈਂ ਕਹਿ ਸਕਦਾ ਕਿ ਅਰਵਿੰਦ ਕੇਜਰੀਵਾਲ ਜਿੰਨਾ ਵੱਡਾ ਹੀਰੋ ਬਣਿਆ ਸੀ ਪੰਜਾਬ ਦੇ ਲੋਕਾਂ ਦਾ ਜੀ ਜੀ, ਖਾਸ ਤੌਰ 'ਤੇ ਪੰਜਾਬੀਆਂ ਦਾ, NRIs ਦਾ ਜਿੰਨਾ ਵੱਡਾ ਹੀਰੋ ਬਣਿਆ ਸੀ ਉਹਦੇ ਨਾਂ 'ਤੇ ਪੰਜਾਬ 'ਚ ਗਾਣੇ ਬਣਨ ਲੱਗ ਗਏ ਸੀ, ਕੇਜਰੀਵਾਲ ਕੇਜਰੀਵਾਲ, ਸਾਰਾ ਪੰਜਾਬ ਤੇਰੇ ਨਾਲ, ਔਰ ਕੇਜਰੀਵਾਲ ਦੇ ਗਾਣੇ ਸਾਡੇ ਨੌਜਵਾਨ ਮੁੰਡੇ ਬਣਾ ਕੇ ਉਹਦੇ 'ਤੇ ਭੰਗੜੇ ਪਾਇਆ ਕਰਦੇ ਸੀ, ਔਰ ਸਕੂਲਾਂ ਦੇ ਵਿੱਚ ਵੀ ਛੋਟੇ ਛੋਟੇ ਬੱਚਿਆਂ ਨੂੰ ਅਧਿਆਪਕ ਕਹਿਣ ਲੱਗ ਗਏ ਸੀ ਕਿ ਇਹ ਬੱਚਾ ਬੜਾ ਹੁਸ਼ਿਆਰ ਆ, ਇਹ ਵੱਡਾ ਹੋ ਕੇ ਕੇਜਰੀਵਾਲ ਬਣੂਗਾ। ਅਤੇ ਅੱਜ ਸਥਿਤੀਆਂ ਇਹ ਹੋ ਗਈਆਂ ਕਿ ਜੇ ਕੋਈ ਘਰ ਦੇ ਵਿੱਚ ਵੀ ਕੇਜਰੀਵਾਲ ਦੀ ਗੱਲ ਕਰਦਾ ਤਾਂ ਲੋਕ ਇਹ ਕਹਿ ਦਿੰਦੇ ਨੇ ਕਿ ਕੇਜਰੀਵਾਲ ਧੰਨਵਾਦ ਕਰਨ ਤਾਂ ਆਇਆ ਨਹੀਂ ਵੋਟਾਂ ਤੋਂ ਬਾਅਦ, ਕੇਜਰੀਵਾਲ ਪੰਜਾਬ ਦੀ ਸਾਰ ਤਾਂ ਲੈ ਨਹੀਂ ਰਿਹਾ, ਕੇਜਰੀਵਾਲ ਦਿੱਲੀ ਦੇ ਵਿੱਚ ਹਰ ਪ੍ਰਦੂਸ਼ਣ ਲਈ ਨਕਸ਼ਾ ਦਿਖਾ ਕੇ ਪੰਜਾਬ ਦੇ ਕਿਸਾਨਾਂ ਨੂੰ ਕਿਉਂ ਕਹਿ ਰਿਹਾ ਕਿ ਤੁਸੀਂ ਇੱਥੇ ਅੱਗ ਬਾਲ ਰਹੇ ਹੋ। ਦਿੱਲੀ 'ਚ ਪਟਾਕਿਆਂ ਵਾਲੀ ਦੀਵਾਲੀ ਦੀ ਰਾਤ ਲੰਘ ਗਈ, ਤੁਸੀਂ ਦੀਵਾਲੀ ਦੀ ਰਾਤ ਦੇਖ ਲਓ, ਦਿੱਲੀ ਦੇ ਲੋਕਾਂ ਨੂੰ ਆਪ ਨੂੰ ਸਾਹ ਨਹੀਂ ਆਉਂਦਾ, ਹੁਣ ਦੱਸੋ ਪੰਜਾਬ ਦੇ ਕਿਸਾਨਾਂ ਨੇ ਦਿੱਲੀ 'ਚ ਜਾ ਕੇ ਪਟਾਕੇ ਚਲਾਤੇ। ਸੋ ਇਸ ਕਰਕੇ ਦਿੱਲੀ ਦੇ ਲੋਕਾਂ ਨੂੰ ਵੀ ਹੋਰ ਸੂਝਵਾਨ ਬਣਨਾ ਪਊਗਾ ਕਿ ਹਰ ਕੰਮ ਦੇ ਲਈ ਤੁਸੀਂ ਪੰਜਾਬ ਦੇ ਕਿਸਾਨਾਂ ਨੂੰ ਜ਼ਿੰਮੇਦਾਰ ਨਾ ਠਹਿਰਾਓ। ਔਰ ਹੁਣ ਮੈਂ ਜਿਹੜੀ ਗੱਲ ਕਰ ਰਿਹਾ ਇਸੇ ਕਰਕੇ NRI ਜ਼ਿਆਦਾ ਨਾਰਾਜ਼ ਹੋਏ ਨੇ, ਔਰ NRIs ਨੇ ਹਿਸਾਬ ਮੰਗਿਆ ਇੱਕ ਇੱਕ ਪੈਸੇ ਦਾ, ਔਰ ਇਸੇ ਕਰਕੇ ਹੀ NRI ਲਗਾਤਾਰ ਚਿੱਠੀਆਂ ਲਿਖ ਰਹੇ ਨੇ, ਈਮੇਲ ਵੀ ਕਰ ਰਹੇ ਨੇ, ਪਰ NRI ਕਹਿੰਦੇ ਨੇ ਕਿ ਸਾਨੂੰ ਚਿੱਠੀਆਂ ਦਾ ਜਵਾਬ ਨਹੀਂ ਮਿਲਦਾ। ਸੋ ਹੁਣ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਜਾਂ ਕੇਜਰੀਵਾਲ ਸਾਹਿਬ ਵੀ ਆਪਣੀ ਕੋਈ ਗੱਲ ਰੱਖਣੀ ਚਾਹੁਣ ਤਾਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦਾ ਸਵਾਗਤ ਹੈ। ਕੱਲ੍ਹ ਨੂੰ ਇਹ ਨਾ ਕਹਿ ਦੇਣ ਆਪ ਵਾਲੇ ਕਿ ਸਾਡਾ ਤੁਸੀਂ ਪੱਖ ਨਹੀਂ ਰੱਖਿਆ, ਭਾਈ ਆਪ ਵਾਲੇ ਉਹ ਤੁਹਾਡੇ ਪੱਖ ਦਾ ਖੁੱਲ੍ਹਾ ਸਵਾਗਤ ਹੈ, ਤੁਸੀਂ ਆਓ ਆਪਣਾ ਪੱਖ ਲੈ ਕੇ ਆਓ, ਸਾਡੇ ਭਾਅ ਦੀ ਪੱਖ ਦੀ ਬੋਰੀ ਭਰ ਕੇ ਲਿਆਓ, ਅਸੀਂ ਇਕੱਲਾ ਇਕੱਲਾ ਵਰਕਾ ਬੋਲ ਕੇ ਦੱਸ ਦਿਆਂਗੇ ਵੀ ਆਹ ਕੇਜਰੀਵਾਲ ਸਾਹਿਬ ਦਾ ਪੱਖ ਹੈ, ਆਹ ਆਮ ਆਦਮੀ ਪਾਰਟੀ ਵਾਲਿਆਂ ਦਾ ਪੱਖ ਹੈ। ਪਰ ਜਿਹੜੇ ਹਿਰਦੇ ਨੇ ਸਾਡੇ NRI ਪੰਜਾਬੀਆਂ ਦੇ ਉਹ ਸੱਚਮੁੱਚ ਦੁਖੀ ਨੇ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੇ ਵਿੱਚ ਜੋ ਕੁਝ ਵਾਪਰਿਆ। ਸੋ ਇਹ ਚਿੱਠੀ ਦਾ ਮਜ਼ਮੂਨ ਸੀ ਸਾਰਾ ਲਗਭਗ ਵਿੱਚ, ਮੇਰੇ ਆਪਣੇ ਭਾਵ ਵੀ ਨਾਲ ਨਿਕਲੇ, ਕਿਉਂਕਿ ਮੈਂ ਵੇਖਿਆ ਕਿ ਸੁਨੀਲ ਜੀ ਪੰਜਾਬੀਆਂ ਨੇ ਬਹੁਤ ਤਨ ਮਨ ਦੇ ਨਾਲ ਮਦਦ ਕੀਤੀ ਆਮ ਆਦਮੀ ਪਾਰਟੀ ਦੀ, ਪੈਸਾ ਵੀ ਦਿੱਤਾ, ਖੂਨ ਪਸੀਨਾ ਵੀ ਕੀਤਾ, ਉਹਨਾਂ ਦੀਆਂ ਕਾਪੀਆਂ ਨਾਲ ਮੈਂਬਰਸ਼ਿਪ ਵੀ ਇੱਥੇ ਲੋਕਾਂ ਨੇ ਭਰਵਾਈ, ਆਪਣੀਆਂ ਨੌਕਰੀਆਂ ਵੀ ਕਈਆਂ ਨੇ ਛੱਡਤੀਆਂ। ਪਰ ਕਿਸੇ ਇੱਕ ਦਾ ਭਲਾ ਨਾ ਹੁੰਦਾ, ਕਿਸੇ ਨੂੰ ਇਤਰਾਜ਼ ਨਹੀਂ, ਪੰਜਾਬ ਦਾ ਵੀ ਭਲਾ ਨਹੀਂ ਹੋ ਸਕਿਆ। ਆਮ ਆਦਮੀ ਪਾਰਟੀ ਲੋਕਾਂ ਦੇ ਆਸਾਂ 'ਤੇ ਖਰੀ ਨਹੀਂ ਉਤਰੀ, ਆਪਸ 'ਚ ਲੜ ਪਏ, ਟੁੱਟ ਗਏ ਔਰ ਆਪਸ ਦੇ ਵਿੱਚ ਹੀ ਵੰਡੇ ਗਏ ਨੇ। ਸੋ ਕੁੱਲ ਮਿਲਾ ਕੇ ਮੈਂ ਕਹਿ ਸਕਦਾ ਕਿ 2019 'ਚ ਮੈਨੂੰ ਤਾਂ ਆਪ ਦਿਖਦੀ ਨਹੀਂ, ਬਾਕੀ ਰੱਬ ਜਾਣਦਾ 2019 'ਚ ਕੀ ਹੋਣਾ, ਅਸੀਂ ਨਜ਼ਰ ਬਣਾ ਕੇ ਰੱਖਾਂ। ਚਲੋ, ਆਮ ਆਦਮੀ ਪਾਰਟੀ ਅਤੇ ਪੰਜਾਬ ਦੀ ਰਾਜਨੀਤੀ ਨੂੰ ਜੁੜੇ ਤੁਸੀਂ ਡੱਲੇ ਬਹੁਤ ਅਹਿਮ ਸਵਾਲਾਂ ਦੇ ਜਵਾਬ ਦਿੱਤੇ, ਬਹੁਤ ਬਹੁਤ ਧੰਨਵਾਦ। ਅਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। ਅਰਵਿੰਦ ਕੇਜਰੀਵਾਲ ਨੇ ਦੋਹਰੇ ਮਾਪਦੰਡ ਦਿਖਾਏ, ਕਹਿਣ ਨੂੰ ਕੁਛ ਹੋਰ ਸੀਗਾ ਅਤੇ ਅਸਲ ਕਰਤੱਵ ਜਿਹੜਾ ਉਹਨਾਂ ਦਾ ਨਜ਼ਰ ਜਿਹੜਾ ਉਹ ਬੇਨਕਾਬ ਹੋਣ ਹੋਇਆ। ਉਹ ਤਾਂ ਹੁਣ ਇੱਕ ਕਿਸਮ ਦੇ ਤਾਨਾਸ਼ਾਹ ਟਾਈਪ ਲੀਡਰ ਨਜ਼ਰ ਆ ਰਹੇ ਨੇ ਕਿ ਨਾ ਤਾਂ ਉਹ ਕਿਸੇ ਦੀ ਕੋਈ ਵਿਰੋਧ ਟੋਲਰੇਟ ਕਰਦੇ ਨੇ, ਨਾ ਡਾਇਸਨ ਟੋਲਰੇਟ ਕਰਦੇ ਨੇ। ਔਰ ਤੁਸੀਂ ਦੇਖਿਆ ਕਿ ਪ੍ਰਸ਼ਾਂਤ ਭੂਸ਼ਣ ਤੋਂ ਲੈ ਕੇ ਅਤੇ ਧਰਮਵੀਰ ਗਾਂਧੀ, ਛੋਟੇਪੁਰ ਤੱਕ ਅਨੇਕਾਂ ਬੰਦੇ ਉਹਨਾਂ ਨੇ ਕੱਢੇ ਆਪਣੀ ਤਾਨਾਸ਼ਾਹੀ ਹੁਕਮਾਂ ਦੇ ਨਾਲ।
ਔਰ ਜਿਹੜਾ ਮੈਨੂੰ ਅਤੇ ਸੰਧੂ ਸਾਹਿਬ ਨੂੰ ਵੀ ਸਸਪੈਂਡ ਕੀਤਾ ਇਹ ਉਸੇ ਲੜੀ ਦੇ ਵਿੱਚ ਆ। ਉਹ ਨਹੀਂ ਚਾਹੁੰਦੇ ਕਿ ਪੰਜਾਬ ਦਾ ਕੋਈ ਵੀ ਵਿਅਕਤੀ ਬਲਕਿ ਦੇਸ਼ ਦਾ ਕੋਈ ਵਿਅਕਤੀ ਉਹਨਾਂ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਬੋਲਣ ਦੀ ਹਿੰਮਤ ਰੱਖੇ, ਲੇਕਿਨ ਸਾਨੂੰ ਅਸੀਂ ਪੰਜਾਬ ਦੇ ਪੱਖ ਵਾਸਤੇ, ਅਸੀਂ ਪੰਜਾਬ ਦੇ ਭਵਿੱਖ ਵਾਸਤੇ ਔਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਫੈਸਲਾ ਤਕਦੀਰ ਦਾ ਪੰਜਾਬੀ ਹੁਣ ਖੁਦ ਕਰਨ। ਸਾਨੂੰ ਕਿਸੇ ਤਰ੍ਹਾਂ ਦੀ ਦਿਸ਼ਾ ਨਿਰਦੇਸ਼ ਦਿੱਲੀ ਤੋਂ ਨਹੀਂ ਚਾਹੀਦੀ। ਮੈਂ ਸਮਝਦਾ ਕਿ ਇਹ ਲੌਸ ਕੇਜਰੀਵਾਲ ਦਾ ਵਾ, ਕਿਉਂਕਿ ਐਡੇ ਵੱਡੇ ਪੱਧਰ ਦੇ ਉੱਤੇ ਜਿਹਨਾਂ ਲੋਕਾਂ ਨੇ ਉਹਨਾਂ ਨੂੰ ਪੈਸਾ ਦਿੱਤਾ, ਹੁਣ ਉਹ ਵੀਡੀਓਜ਼ ਦੇ ਰਾਹੀਂ ਅਤੇ ਅਪੀਲਾਂ ਕਰਦੇ ਫਿਰਦੇ ਨੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਲੋਕ ਹੁਣ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਫੰਡਿੰਗ ਕਰਨਗੇ, ਕਿਉਂਕਿ ਉਹ ਮਹਿਸੂਸ ਕਰਦੇ ਨੇ ਕਿ ਜਿਹੜਾ ਪੈਸਾ ਉਹਨਾਂ ਨੇ ਭੇਜਿਆ ਉਹ ਪੰਜਾਬ ਦੇ ਕਿਸੇ ਅਰਥ ਤਾਂ ਲੱਗਿਆ ਨਹੀਂ ਗਾ, ਉਹਦੇ 'ਤੇ ਅਕਾਊਂਟੇਬਿਲਿਟੀ ਕਿਤੇ ਨਹੀਂ ਗੀ। ਔਰ ਪੰਜਾਬ ਦੇ ਵਿੱਚ ਇਹਨਾਂ ਦੇ ਆਗੂਆਂ ਨੇ ਇੱਥੇ ਬੈਠ ਕੇ ਪੰਜਾਬ 'ਚ ਟਿਕਟਾਂ ਵੇਚੀਆਂ, ਪੈਸੇ ਲਏ। ਸੋ ਵੇਅਰ ਇਜ਼ ਦ ਫੰਡਿੰਗ ਦੈਟ ਦੀ NRI ਗੇਵ ਟੂ ਦੀ ਆਮ ਆਦਮੀ ਪਾਰਟੀ, ਵੇਅਰ ਇਜ਼ ਦੈਟ ਮਨੀ? ਤਾਂ ਇੱਕ ਝਟਕੇ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਜਿਹੜੀ NRI ਅਫੇਅਰਸ ਆ ਅਰਵਿੰਦ ਕੇਜਰੀਵਾਲ ਦੇ, ਉਹਨਾਂ ਨੇ 43 ਵਿਦੇਸ਼ੀ ਯੂਨਿਟ ਪੰਜਾਬੀਆਂ ਦੇ ਭੰਗ ਕਰ ਦਿੱਤੇ। ਇਹ ਮੈਂ ਸਮਝਦਾ ਕਿ ਇੱਕ ਉਹਨਾਂ ਦੇ ਨਾਲ ਬਹੁਤ ਵੱਡਾ ਧਰੋਹ ਸੀਗਾ ਔਰ ਉਹਨਾਂ ਨੇ ਸਿਰਫ ਇਹ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਨਾਲ ਖੜਾਂਗੇ ਔਰ ਹੁਣ ਉਹਨਾਂ ਨੇ 100 ਤੋਂ ਵੱਧ NRIs ਨੇ ਆਪਣੇ ਜਜ਼ਬਾਤ ਲਿਖ ਕੇ ਚਿੱਠੀ, ਇਹਨਾਂ ਨੂੰ ਗੱਦਾਰ ਗਰਦਾਨਿਆ ਹੈ, ਮਤਲਬ ਦੇ ਆਰ ਟ੍ਰੇਟਰਸ ਆਫ ਦ ਪੰਜਾਬੀਸ, ਦੇਅਰਫੋਰ ਇਹ ਉਹਨਾਂ ਦੇ ਜਜ਼ਬਾਤ ਨੇ। ਔਰ ਅਸੀਂ ਪਹਿਲਾਂ ਵੀ ਯਕੀਨ ਦਵਾਇਆ ਸੀ, ਮੈਂ ਆਪਣੇ NRI ਵੀਰਾਂ ਭੈਣਾਂ ਨੂੰ ਯਕੀਨ ਦਵਾਉਣਾ ਚਾਹੁੰਦਾ ਕਿ ਆਗਾਮੀ ਪੰਜਾਬ ਦਾ ਜਿਹੜਾ ਭਵਿੱਖ ਬਣ ਰਿਹਾ ਵਾ ਉਹਦੇ ਤੁਹਾਡੀ ਅਸੀਂ ਪੂਰੀ ਦਿਲ ਦੀਆਂ ਗਹਿਰਾਈਆਂ ਤੋਂ ਮਾਣ ਸਤਿਕਾਰ ਕਰਾਂਗੇ ਔਰ ਤੁਹਾਡੇ ਜਿਹੜੇ ਨੁਮਾਇੰਦੇ ਹੋਣਗੇ ਉਹਨਾਂ ਨੂੰ ਅਸੀਂ ਪੋਲੀਟੀਕਲ ਅਫੇਅਰਸ ਕਮੇਟੀ ਦੇ ਮੈਂਬਰ ਬਣਾਵਾਂਗੇ ਔਰ ਮੈਂ ਰਿਣੀ ਹਾਂ ਉਹਨਾਂ ਲੋਕਾਂ ਦਾ ਕਿ ਅੱਜ ਵੀ ਉਹ ਪੰਜਾਬ ਦੇ ਨਾਲ ਉਸੇ ਜਜ਼ਬੇ ਨਾਲ ਖੜ੍ਹੇ ਨੇ ਔਰ ਅੱਜ ਵੀ ਉਹ ਬਦਲ ਚਾਹੁੰਦੇ ਨੇ। ਜਿਹੜਾ ਸੁਪਨਾ ਆਮ ਆਦਮੀ ਪਾਰਟੀ ਨੇ ਉਹਨਾਂ ਦਾ ਤੋੜਿਆ 2017 ਵਿੱਚ, ਉਹ ਮੈਨੂੰ ਲੱਗਦਾ ਵਾ ਕਿ NRIs ਦੀ ਮਦਦ ਦੇ ਨਾਲ ਅਤੇ ਪੰਜਾਬੀਆਂ ਦੀ ਮਦਦ ਦੇ ਨਾਲ ਅਸੀਂ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਝੰਡਾ ਚੁੱਕ ਕੇ ਉਹਨਾਂ ਦਾ ਸੁਪਨਾ ਪੂਰਾ ਕਰਾਂਗੇ।